ਜਦੋਂ ਅਸੀਂ ਵਿਆਜ ਦਰਾਂ ਵਧਾਉਣ ਦੀ ਗੱਲ ਕਰਦੇ ਹਾਂ ਤਾਂ ਉਹਦੇ ਨਾਲ ਇੱਕ ਚੀਜ਼ ਸਾਡੇ ਸਾਹਮਣੇ ਆਉਂਦੀ ਵੀ ਕਿਤੇ ਰੈਸੈਸ਼ਨ ਨਾ ਆ ਜਾਵੇ। ਰੈਸੈਸ਼ਨ ਦਾ ਮਤਲਬ ਕੀ ਆ ਕਿ ਲੋਕਾਂ ਦੀਆਂ ਨੌਕਰੀਆਂ ਚਲੇ ਜਾਂਦੀਆਂ, ਕੰਮ ਕਰ ਰਹੇ ਨਹੀਂ। ਅ ਇੱਕ ਪਾਸੇ ਸਾਡੇ ਕੋਲੇ ਖਬਰਾਂ ਆਉਂਦੀਆਂ ਕਿ ਜਿਹੜਾ ਸਾਡੇ ਕੋਲੇ ਸ਼ਾਰਟੇਜ ਆ ਵਰਕਰਾਂ ਦੀ, ਵਰਕਰ ਹੈ ਨਹੀਂਗੇ। ਦੂਜੇ ਪਾਸੇ ਹੁਣ ਦੂਜੇ ਤਰ੍ਹਾਂ ਦੀਆਂ ਖਬਰਾਂ ਵੀ ਆਉਣੀਆਂ ਸ਼ੁਰੂ ਹੋ ਗਈਆਂ। ਦੂਜੇ ਤਰ੍ਹਾਂ ਦੀਆਂ ਖਬਰਾਂ ਉਹ ਕਿ ਜਿਹੜੀਆਂ ਵੱਡੀਆਂ ਕੰਪਨੀਆਂ ਨੇ ਆਪਣੀਆਂ ਨੌਕਰੀਆਂ ਤੋਂ ਲੋਕਾਂ ਨੂੰ ਕੱਢਣਾ ਸ਼ੁਰੂ ਕਰਤਾ, ਲੇ-ਆਫਟ ਦੇਣੀ ਸ਼ੁਰੂ ਕਰ ਦਿੱਤੀ ਐ। ਐਮਾਜ਼ਨ ਮੈਸਿਵ ਲੇਆਫ ਲਈ ਤਿਆਰੀ ਕਰ ਰਹੀ ਹੈ 10000 ਬੰਦੇ ਨੂੰ ਕੰਦੇਸੇ ਨੌਕਰੀ ਤੋਂ ਐਸੇ ਹਫਤੇ ਦੇ ਵਿੱਚ ਕੱਢ ਦੇਣਾ ਉਹਨਾਂ ਦੇ ਹੱਥਾਂ ਦੇ ਵਿੱਚ ਚਿੱਠੀਆਂ ਫੜਾ ਦੇਣੀ ਹੈ ਵੀ ਸਾਡੇ ਕੋਲ ਕੰਮ ਹੈ ਨਹੀਂਗਾ ਤੇ ਤੁਸੀਂ ਕਿਤੇ ਹੋਰ ਕੰਮ ਲੱਭੋ ਜਿਹੜੀ ਟੈਕ ਇੰਡਸਟਰੀ ਬਹੁਤ ਪਹਿਲਾਂ ਵੀ ਆਪਾਂ ਲਗਾਤਾਰ ਇਹ ਗੱਲਬਾਤ ਕਰ ਚੁੱਕੇ ਹਾਂ ਇਹ ਐਮਾਜ਼ਨ ਤੇ ਹੁਣ ਦੇ ਦੀ ਗੱਲ ਆਈ ਹੈ ਬਾਕੀ ਜਿਹੜੀਆਂ ਕੰਪਨੀਆਂ ਸੀ ਉਹਨਾਂ ਨੇ ਪਿਛਲੇ ਸਮੇਂ ਦੇ ਵਿੱਚ ਅਨਾਉਂਸ ਕੀਤਾ ਫੇਸਬੁੱਕ ਟਵਿੱਟਰ ਆ ਆਪਣੇ ਜਿਹੜੇ ਸੀਗੇ ਆ ਬਾਕੀ ਹੋਰ ਕੰਪਨੀਆਂ ਸੀਗੀਆਂ ਉਹਨਾਂ ਨੇ ਅਨਾਉਂਸ ਕਰ ਦਿੱਤਾ ਪਹਿਲਾਂ ਹੀ ਲੇਆਫ ਹੈ ਸਾਲ ਦੇ ਵਿੱਚ ਕਿ ਇੰਡਸਟਰੀ ਦੇ ਵਿੱਚ ਸਾਡੇ ਖਰਚੇ ਬਹੁਤ ਜ਼ਿਆਦਾ ਹੈ ਸਾਡੇ ਕੋਲ ਉਹ ਇਹ ਸਾਂਭਿਆ ਨਹੀਂ ਜਾ ਰਿਹਾ ਐਗਜੈਕਟ ਨੰਬਰ ਲੇਆਫ ਦਾ ਹਜੇ ਤੱਕ ਪਤਾ ਨਹੀਂ ਲੱਗਿਆ ਪਰ ਰਫਲੀ ਦੱਸਿਆ ਜਾ ਰਿਹਾ ਕਿ 10 10000 ਬੰਦਾ ਉਹਨਾਂ ਨੇ ਕੱਢ ਦੇਣਾ ਆ ਸੋ ਹੁਣ ਉਹ 10000 ਦੇ ਨਾਲ ਕੁਦਰਤੀ ਆ ਵੀ ਫਰਕ ਬਹੁਤ ਪਊਗਾ ਬਹੁਤ ਵੱਡੀ ਕੰਪਨੀ ਆ Amazon ਤੁਸੀਂ ਸਾਰੇ ਜਾਣਦੇ ਆ ਜਿਹੜੀ ਇਹਨਾਂ ਨੇ ਹੁਣ ਰਿਪੋਰਟ ਔਰ ਇਹ ਬਿਗੇਸਟ ਕਟ ਆ ਇਹਨਾਂ ਦੇ ਇਤਿਹਾਸ ਦੇ ਵਿੱਚ Amazon ਨੇ ਕਦੇ 10000 ਬੰਦਾ ਇਕੱਠਾ ਨੌਕਰੀ ਤੋਂ ਨਹੀਂ ਕੱਢਿਆ ਔਰ ਉਹਨਾਂ ਨੇ ਰਿਪੋਰਟ ਜਿਹੜੀ ਡਿਸਕਸ ਨਹੀਂ ਕਰ ਰਹੇ ਉਹਨਾਂ ਨੇ ਡਿਕਲਾਈਨ ਕੀਤਾ ਵੀ ਅਸੀਂ ਇਹਨੂੰ ਡਿਸਕਸ ਨਹੀਂ ਕਰ ਰਹੇ ਜਿਹੜੇ ਇਹਦੇ ਫਾਊਂਡਰ ਤੇ ਐਗਜ਼ੀਕਿਊਟਿਵ ਚੇਅਰ ਨੇ ਜਹਿਬ ਬੇਜੋਜ਼ ਜਿਹੜੇ ਨੂੰ ਓਨ ਕਰਦੇ ਆ ਉਹਨਾਂ ਨੇ ਜਿਹੜੀ ਆਪਣੇ ਇਹ ਵੀ ਕਿਹਾ ਕਿ ਆ ਇਹ ਹਾਇਰਿੰਗ ਆ ਉਹਨੂੰ ਫ੍ਰੀਜ਼ ਕਰ ਦਿੱਤਾ ਹੋਰ ਗਾਹ ਬੰਦੇ ਨਹੀਂ ਰੱਖਦੇ ਐਮਾਜ਼ਾਨ ਨੇ ਬਹੁਤ ਸਾਰੇ ਲੋਕਾਂ ਨੂੰ ਕੰਮ ਦਿੱਤਾ ਔਰ ਬਹੁਤ ਚੰਗੀ ਪੇ ਦੇ ਉੱਤੇ ਕੰਮ ਦਿੱਤਾ ਹਾਇਰਿੰਗ ਬਹੁਤ ਕੀਤੀ ਜਿੰਨੇ ਵੱਡੇ ਤਰੀਕੇ ਦੇ ਨਾਲ ਉਹ ਹੁਣ ਉਹਨੂੰ ਰੋਕ ਲਾ ਰਿਹਾ ਵੀ ਅਸੀਂ ਹੋਰ ਬੰਦੇ ਨਹੀਂ ਰੱਖਣੇ ਤੇ ਦੂਜੀ ਨਾਲ ਜੋ ਕਹਿ ਰਿਹਾ ਕਿ ਲੀਆਫ ਅਸੀਂ ਕਰ ਦੇਣੀ ਆ ਐਸੇ ਹਫਤੇ ਦੇ ਵਿੱਚ ਕਿਹਨਾ ਕਿਹੜੇ ਕਿਹੜੇ ਵਰਕ ਨੂੰ ਲੀਆਫ ਹੁੰਦੀ ਡਰਾਈਵਰਾਂ ਨੂੰ ਲੀਆਫ ਹੁੰਦੀ ਵੇਅਰ ਹਾਊਸ ਕੰਮਿਆਂ ਨੂੰ ਲੀਆਫ ਹੁੰਦੀ ਇਹਨਾਂ ਦੇ ਟੈਕਨੀਕਲ ਬੰਦਿਆਂ ਨੂੰ ਵੱਡੇ ਵੱਡੇ ਇੰਜੀਨੀਅਰਾਂ ਦੀ ਲੀਆਫ ਹੁੰਦੀ ਹੈ ਪਤਾ ਨਹੀਂ ਪਰ ਲੀਆਫ ਕਹਿੰਦੇ ਇਹਨਾਂ ਦੀ ਕਿਤੇ ਨ ਇਹ ਮਤਲਬ ਰੈਸੈਸ਼ਨ ਜਿਹੜਾ ਤੁਹਾਡੇ ਦਰਵਾਜ਼ਿਆਂ ਦੇ ਉੱਤੇ ਦਸਤਕ ਦੇ ਰਿਹਾ ਆ ਘੱਟੋ-ਘੱਟੇ ਵੱਡੀਆਂ ਕੰਪਨੀਆਂ ਫੇਸਬੁੱਕ ਟਵਿੱਟਰ ਐਮਾਜ਼ਾਨ ਇਹਨਾਂ ਦੇ ਵਿੱਚੋਂ ਜਦੋਂ ਬੰਦੇ ਕੱਢੇ ਜਾਣੇ ਆ ਔਰ ਜੇ ਇਸ ਤਰੀਕੇ ਦੇ ਨਾਲ ਐਮਾਜ਼ਾਨ ਨੇ ਕੰਮ ਕੀਤਾ ਤੁਹਾਨੂੰ ਚੰਗੀ ਤਰ੍ਹਾਂ ਪਤਾ ਆ ਕਿ ਜਿਹੜਾ ਨੇ ਇਹਨਾਂ ਨੇ ਆਪਣਾ ਜਿਹੜਾ ਲਾਂਚ ਕੀਤਾ ਸੀ ਪ੍ਰਾਈਮ ਮੈਂਬਰਸ਼ਿਪ ਕਿ ਜੇ ਤੁਸੀਂ ਇਹਨਾਂ ਨੂੰ ਪ੍ਰਾਈਮ ਮੈਂਬਰਸ਼ਿਪ ਲੈ ਲੈਂਦੇ ਆ ਤਾਂ ਤੁਹਾਡੀ ਸਾਰਾ ਕੁਝ ਕਿੰਨੀ ਤੇਜ਼ੀ ਦੇ ਨਾਲ ਤੁਹਾਡੇ ਘਰਾਂ ਤੱਕ ਡਿਲੀਵਰ ਕਰ ਦਿੰਦੇ ਆ 469 ਬਿਲੀਅਨ ਦੀ ਸੇਲ ਇਹਨਾਂ ਨੇ ਪਿਛਲੇ ਸਾਲ ਕੀਤੀ ਆ ਜਿਹੜੀ ਆਪਣੇ ਆਪ ਦੇ ਵਿੱਚ ਇੰਨੀ ਵੱਡੀ ਸੇਲ ਜਿਹੜੀ ਦੱਸੀ ਜਾ ਰਹੀ ਆ ਉਹਦੇ ਉੱਤੇ ਵੀ ਸਿੱਧਾ ਇਹਦਾ ਅਸਰ ਪਊਗਾ ਇਸ ਵੇਲੇ ਸੋ ਹੁਣ ਕਿਹੜੀਆਂ ਜੌਬਸ ਜਾਂਦੀਆਂ ਨੇ ਕੀ ਹੁੰਦਾ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੂ ਕਿ ਪਰ ਇਸ ਹਫਤੇ ਉਹਨਾਂ ਨੇ ਕਹਿ ਦਿੱਤਾ ਆ ਕਿ ਅਸੀਂ ਅ ਇਹ ਦਸ਼ਾ ਇਹਰ ਬੱਦੇ ਨੂੰ ਕੱਢ ਦੇਣਾ ਔਰ ਜਦੋਂ ਆ ਪੰਡੈਮਿਕ ਸੀਗੀ ਉਸ ਸਮੇਂ ਦੇ ਵਿੱਚ Amazon ਦਾ ਕੰਮ ਬਹੁਤ ਵਧਿਆ ਇਹਨਾਂ ਦੀ ਕਮਾਈ ਵੀ ਬਹੁਤ ਹੋਈ ਇਹਨਾਂ ਦਾ ਕੰਮ ਵੀ ਬਹੁਤ ਵਧਿਆ ਕਿਉਂਕਿ ਲੋਕਾਂ ਨੇ ਘਰ ਬੈਠਿਆ ਨੇ ਆਰਡਰ ਕਰਨੇ ਬਹੁਤ ਜ਼ਿਆਦਾ ਸ਼ੁਰੂ ਕਰ ਦਿੱਤੇ ਸੀ ਆਨਲਾਈਨ ਬਾਹਰ ਜਾਂਦੇ ਨਹੀਂ ਸੀ ਤੇ Amazon ਤੁਹਾਨੂੰ ਪਤਾ ਕਿ ਕਿੰਨੇ ਸਸਤੇ ਤਰੀਕੇ ਦੇ ਨਾਲ ਤੁਹਾਡੇ ਘਰਾਂ ਤੱਕ ਜਿਹੜਾ ਸਾਰਾ ਸਮਾਨ ਆ ਉਹ ਜਿਹੜਾ ਪਹੁੰਚਾਉਂਦੀ ਆ ਅਲਟੀਮੇਟਲੀ ਹੁਣ ਸਾਰਾ ਕੁਝ ਕਿਤੇ ਨਾ ਕਿਤੇ ਜਾਂ ਤ ਥੱਲੇ ਆਇਆ ਪਰ ਇੱਕ ਖਬਰ ਬਹੁਤ ਹੀ ਚੰਗੀ ਨਹੀਂ ਆ ਕਿ ਇਹ ਹੁਣ 10000 ਬੰਦੇ ਨੂੰ Amazon ਨੌਕਰੀ ਤੋਂ ਕੱਢ ਰਹੀ ਆ ਲੋਕ ਇਸ ਗੱਲ ਤੋਂ ਡਰਦੇ ਆ ਕਿ ਇਹ ਵੱਡੀਆਂ ਟੈਕ ਕੰਪਨੀਆਂ ਤੋਂ ਗੱਲਬਾਤ ਸ਼ੁਰੂ ਹੋਈ ਕਿਤੇ ਜਲਦੀ-ਚਲਦੀ ਥੱਲੇ ਨਾ ਆ ਜਵੇ ਤੇ ਬਾਕੀ ਕੰਪਨੀਆਂ ਜਿਹੜੀਆਂ ਇਸ ਤਰ੍ਹਾਂ ਨਾ ਕਰਨਾ ਸ਼ੁਰੂ ਕਰ ਦੇਣ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ